ਮਾਈਕ ਫਲੈਪ ਲਾ ਦੀ ਨਾ ਰੋਲ। ਹਾਂਜੀ ਸਰ, ਕੀ ਹੈ ਜੀ ਮਾਮਲਾ? ਸੱਤ ਤਰੀਕ ਦੀ ਰਾਤ ਨੂੰ ਕੋਈ 10 ਵਜੇ ਦੇ ਕਰੀਬ ਉੱਥੇ KFC ਹੋਟਲਿਆ ਅੱਥੂ ਨੰਬਰ 46 'ਚ ਪੈਂਦਾ, ਟੋਲ ਪਲਾਜ਼ੇ ਤੋਂ ਅੱਗੇ ਗੁਰਦਾਸਪੁਰ। ਉੱਥੇ ਆਪਣਾ ਇੱਕ ਹੈਲਪਰ ਲੱਗਾ ਸੀ ਗੁਰਸ਼ਰਨ ਸਿੰਘ, ਅਤੇ ਇੱਕ ਉੱਥੇ ਸੁਰਜੀਤ ਸਿੰਘ ਉੱਥੇ ਮੈਨੇਜਰ ਸੀ। ਸੁਰਜੀਤ ਸਿੰਘ ਨੇ ਕੋਈ ਔਡਰ ਕੀਤਾ ਸੀ, ਉਹ ਆਰਡਰ ਦੇ ਵਿੱਚ ਡਿਲੇ ਹੋ ਰਹੀ ਸੀ। ਉਹਨੇ ਆਪਣਾ ਲੜਕੇ ਨੂੰ ਘੂਰਿਆ, ਲੜਕੇ ਨੇ ਆਪਦੇ ਫਾਦਰ ਨੂੰ ਕਮਲਜੀਤ ਸਿੰਘ ਨੂੰ ਬੁਲਾ ਲਿਆ। ਕਮਲਜੀਤ ਸਿੰਘ ਜਿਹੜਾ ਆਪਣਾ ਸਾਬਕਾ ਫੌਜੀ ਆ, ਉਹ ਉੱਥੇ ਇਹਨਾਂ ਦੀ ਤੁੱਤੂ ਮਾਰ ਲਿਆ। ਹੁਣ ਤੋਂ ਬਾਅਦ ਉਹਨੇ ਕਮਲਜੀਤ ਸਿੰਘ ਨੇ ਜਿਹੜਾ ਉੱਥੇ ਇੱਕ ਜਿਹੜਾ ਪੈਰ ਜਿਹੜਾ ਸੀ ਉਹ ਸੁਰਜੀਤ ਸਿੰਘ ਮੇਜਰ ਦੇ ਪੈਰ ਮਾਰ ਦਿੱਤਾ। ਵੀ ਜਿਹੜਾ ਉੱਥੇ ਚੱਲਿਆ ਇੱਕ ਪੈਰ ਹੀ ਆ, ਕੋਈ 4 ਪੈਰ ਵਾਲੀ ਕੋਈ ਗੱਲ ਨਹੀਂ। ਦੋਸ਼ੀ ਨੂੰ ਹੀ ਜਿਹੜਾ ਉਹਦੇ ਐਫ ਆਈ ਆਰ ਦਰਜ ਕਰਕੇ ਦੋਸ਼ੀ ਨੂੰ ਹੀ 10 ਘੰਟੇ ਦੇ ਵਿੱਚ ਗ੍ਰਿਫਤ ਕਰ ਲਿਆ ਅਤੇ ਨਾਲ ਹੀ ਆਪਣਾ ਫੈਸਲਾ ਬਰਾਬਰ ਕਰ ਲਿਆ। ਸਰ, ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਕਸਟਮਰ ਅਤੇ ਉਹਦੇ ਵਿੱਚ ਹੋਇਆ ਝਗੜਾ, ਉਹਦੀ ਕੀ ਡਿਟੇਲ? ਨਹੀਂ, ਇਹ ਜਿਹੜਾ ਕਸਟਮਰ ਦੇ ਵਿੱਚ ਝਗੜਾ ਨਹੀਂ ਹੋਇਆ, ਇਹ ਆਪਸ ਵਿੱਚ ਜਿਹੜਾ ਉੱਥੇ ਗੁਰਸ਼ਰਨ ਸਿੰਘ ਵੀ ਹੈਲਪਰੀ ਉੱਥੇ ਅਤੇ ਸੁਰਜੀਤ ਸਿੰਘ ਮਿਲੇ, ਜਿਹੜੀ ਸੁਰਜੀਤ ਸਿੰਘ ਨੇ ਔਡਰ ਦਿੱਤਾ ਹੈ ਅਤੇ ਗੁਰਸ਼ਰਨ ਸਿੰਘ ਨੇ ਆਪਣੇ ਫਾਦਰ ਨੂੰ ਉੱਥੇ ਬੁਲਾਇਆ ਹੈ ਵੀ ਆਪਣਾ ਮੈਨੂੰ ਉੱਥੇ ਹਟਾ ਦੇ ਲੱਗੇ ਆ। ਉਸ ਤੋਂ ਬਾਅਦ ਉਹਨੇ ਆਪਣਾ ਉੱਥੇ ਆਣ ਕੇ ਦੋ ਤੋਂ ਮਹਿੰਗਾ ਹੋਣ ਤੋਂ ਬਾਅਦ ਕਮਲਜੀਤ ਸਿੰਘ ਫੌਜੀ ਨੇ ਜਿਹੜਾ ਇੱਥੋਂ ਫੈਰ ਕੀਤਾ, ਜਿਹੜਾ ਫੈਰ ਸੀ ਉਹ ਸੁਰਜੀਤ ਸਿੰਘ ਮੈਨੇਜਰ ਦੇ ਲੱਗ ਗਿਆ। ਅਤੇ ਉੱਥੋਂ ਕੀ ਕਰ ਲਓ ਉਹਦੇ 'ਚ ਸੁਰਜੀਤ ਦੇ ਬਿਆਨ 'ਤੇ ਜਿਹੜਾ ਆ ਪਰਚਾ ਦਰਜ ਕਰਕੇ ਕਮਲਜੀਤ ਸਿੰਘ ਦੇ ਵਿਰੁੱਧ, ਅਤੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਨਾਲ ਹੀ ਵੈਪਨ ਗ੍ਰਿਫਤਾਰ। ਵੈਪਨ ਲਾਇਸੈਂਸੀ ਸੀ ਕਹਿੰਦੇ ਸੀ? ਵੈਪਨ ਲਾਇਸੈਂਸੀ ਉਹਦੇ ਵਿੱਚ ਕੀ ਹੋਊਗਾ? ਉਹ ਵੈਪਨ ਦਾ ਦਰਜ ਕਰਵਾਇਆ ਜਾਏ, ਵੈਪਨ ਜਿਹੜਾ ਉਹਦਾ ਅਸੀਂ ਆਪਣਾ ਲਾਇਸੈਂਸ ਜਿਹੜਾ ਉਹਦਾ ਸਲੱਗ ਲਾਇਸੈਂਸ ਕਰਨ ਵਾਸਤੇ ਭੇਜਾਂਗੇ ਲਾਇਸੈਂਸ, ਦੂਸਰੀ ਅਸੀਂ ਗ੍ਰਿਫਤਾਰ ਕਰ। ਚਲੋ ਸਰ, ਜਿਹੜੀ ਗੋਲੀ ਚੱਲੀ ਹੈ ਉਹ ਅੰਦਰ ਚੱਲੀ ਜਾਂ ਬਾਹਰ ਚੱਲੀ ਹੈ? ਉਹ ਜਿੱਥੇ ਉਹਨਾਂ ਦਾ ਆਪਣਾ ਅੰਦਰਲੇ ਪਾਸੇ ਆਪਣਾ ਕਾਊਂਟਰ ਦੇ ਕੋਲ ਜਿੱਥੇ ਉਹ ਸੁਰਜੀਤ ਸਿੰਘ ਦੀ ਬੈਸੇ ਕਵਰ KFC ਦੇ ਅੰਦਰ ਚੱਲੀ ਹੈ ਨਾ? ਹਾਂਜੀ। ਤਾਂ ਸਰ ਫਿਰ ਉਸ ਸਮੇਂ ਤਾਂ ਅੰਦਰ ਕਸਟਮਰ ਵੀ ਹੋਣਗੇ, ਫਿਰ ਭੱਗ ਦੌੜ ਉੱਥੇ ਹੋਈ, ਉਹਦੀ CCTV ਸਾਨੂੰ ਮਿਲ ਸਕਦੀ? ਨਹੀਂ, ਉੱਥੇ ਕੋਈ ਕਸਟਮਰ ਨਹੀਂ ਹੈਗੇ, ਉਹ ਆਪਸ ਵਿੱਚ। ਠੀਕ ਹੈ, ਕੋਈ ਫਾਇਰ ਮਿਸ ਨਹੀਂ ਹੋਇਆ? ਨਹੀਂ, ਇੱਕ ਫਾਇਰ ਚੱਲੀ, ਹੋਰ ਕੋਈ ਮਾਈਕ ਫਲੈਪ ਲਾ ਦੀ ਨਾ ਰੋਲ। ਹਾਂਜੀ ਸਰ, ਕੀ ਹੈ ਜੀ ਮਾਮਲਾ? 7 ਤਰੀਕ ਦੀ ਰਾਤ ਨੂੰ ਕੋਈ 10 ਵਜੇ ਦੇ ਕਰੀਬ ਉੱਥੇ KFC ਹੋਟਲਿਆ ਅੱਥੂ ਨੰਬਰ 46 'ਚ ਪੈਂਦਾ, ਟੋਲ ਪਲਾਜ਼ੇ ਤੋਂ ਅੱਗੇ ਗੁਰਦਾਸਪੁਰ। ਉੱਥੇ ਆਪਣਾ ਇੱਕ ਹੈਲਪਰ ਲੱਗਾ ਸੀ ਗੁਰਸ਼ਰਨ ਸਿੰਘ, ਅਤੇ ਇੱਕ ਉੱਥੇ ਸੁਰਜੀਤ ਸਿੰਘ ਉੱਥੇ ਮੈਨੇਜਰ ਸੀ। ਸੁਰਜੀਤ ਸਿੰਘ ਨੇ ਕੋਈ ਔਡਰ ਕੀਤਾ ਸੀ, ਉਹ ਆਰਡਰ ਦੇ ਵਿੱਚ ਡਿਲੇ ਹੋ ਰਹੀ ਸੀ। ਉਹਨੇ ਆਪਣਾ ਲੜਕੇ ਨੂੰ ਘੂਰਿਆ, ਲੜਕੇ ਨੇ ਆਪਦੇ ਫਾਦਰ ਨੂੰ ਕਮਲਜੀਤ ਸਿੰਘ ਨੂੰ ਬੁਲਾ ਲਿਆ। ਕਮਲਜੀਤ ਸਿੰਘ ਜਿਹੜਾ ਆਪਣਾ ਸਾਬਕਾ ਫੌਜੀ ਆ, ਉਹ ਉੱਥੇ ਇਹਨਾਂ ਦੀ ਤੁੱਤੂ ਮਾਰ ਲਿਆ। ਹੁਣ ਤੋਂ ਬਾਅਦ ਉਹਨੇ ਕਮਲਜੀਤ ਸਿੰਘ ਨੇ ਜਿਹੜਾ ਉੱਥੇ ਇੱਕ ਜਿਹੜਾ ਪੈਰ ਜਿਹੜਾ ਸੀ ਉਹ ਸੁਰਜੀਤ ਸਿੰਘ ਮੇਜਰ ਦੇ ਪੈਰ ਮਾਰ ਦਿੱਤਾ। ਵੀ ਜਿਹੜਾ ਉੱਥੇ ਚੱਲਿਆ ਇੱਕ ਪੈਰ ਹੀ ਆ, ਕੋਈ 4 ਪੈਰ ਵਾਲੀ ਕੋਈ ਗੱਲ ਨਹੀਂ। ਦੋਸ਼ੀ ਨੂੰ ਹੀ ਜਿਹੜਾ ਉਹਦੇ ਐਫ ਆਈ ਆਰ ਦਰਜ ਕਰਕੇ ਦੋਸ਼ੀ ਨੂੰ ਹੀ 10 ਘੰਟੇ ਦੇ ਵਿੱਚ ਗ੍ਰਿਫਤ ਕਰ ਲਿਆ ਅਤੇ ਨਾਲ ਹੀ ਆਪਣਾ ਫੈਸਲਾ ਬਰਾਬਰ ਕਰ ਲਿਆ। ਸਰ, ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਕਸਟਮਰ ਅਤੇ ਉਹਦੇ ਵਿੱਚ ਹੋਇਆ ਝਗੜਾ, ਉਹਦੀ ਕੀ ਡਿਟੇਲ? ਨਹੀਂ, ਇਹ ਜਿਹੜਾ ਕਸਟਮਰ ਦੇ ਵਿੱਚ ਝਗੜਾ ਨਹੀਂ ਹੋਇਆ, ਇਹ ਆਪਸ ਵਿੱਚ ਜਿਹੜਾ ਉੱਥੇ ਗੁਰਸ਼ਰਨ ਸਿੰਘ ਵੀ ਹੈਲਪਰੀ ਉੱਥੇ ਅਤੇ ਸੁਰਜੀਤ ਸਿੰਘ ਮਿਲੇ, ਜਿਹੜੀ ਸੁਰਜੀਤ ਸਿੰਘ ਨੇ ਔਡਰ ਦਿੱਤਾ ਹੈ ਅਤੇ ਗੁਰਸ਼ਰਨ ਸਿੰਘ ਨੇ ਆਪਣੇ ਫਾਦਰ ਨੂੰ ਉੱਥੇ ਬੁਲਾਇਆ ਹੈ ਵੀ ਆਪਣਾ ਮੈਨੂੰ ਉੱਥੇ ਹਟਾ ਦੇ ਲੱਗੇ ਆ। ਉਸ ਤੋਂ ਬਾਅਦ ਉਹਨੇ ਆਪਣਾ ਉੱਥੇ ਆਣ ਕੇ ਦੋ ਤੋਂ ਮਹਿੰਗਾ ਹੋਣ ਤੋਂ ਬਾਅਦ ਕਮਲਜੀਤ ਸਿੰਘ ਫੌਜੀ ਨੇ ਜਿਹੜਾ ਇੱਥੋਂ ਫੈਰ ਕੀਤਾ, ਜਿਹੜਾ ਫੈਰ ਸੀ ਉਹ ਸੁਰਜੀਤ ਸਿੰਘ ਮੈਨੇਜਰ ਦੇ ਲੱਗ ਗਿਆ। ਅਤੇ ਉੱਥੋਂ ਕੀ ਕਰ ਲਓ ਉਹਦੇ 'ਚ ਸੁਰਜੀਤ ਦੇ ਬਿਆਨ 'ਤੇ ਜਿਹੜਾ ਆ ਪਰਚਾ ਦਰਜ ਕਰਕੇ ਕਮਲਜੀਤ ਸਿੰਘ ਦੇ ਵਿਰੁੱਧ, ਅਤੇ ਕਮਲਜੀਤ ਸਿੰਘ ਨੂੰ ਗ੍ਰਿਫਤ ਕਰ ਲਿਆ ਅਤੇ ਨਾਲ ਹੀ ਵੈਪਨ ਗ੍ਰਿਫਤ। ਵੈਪਨ ਲਾਇਸੈਂਸੀ ਸੀ ਕਹਿੰਦੇ ਸੀ? ਵੈਪਨ ਲਾਇਸੈਂਸੀ ਉਹਦੇ ਵਿੱਚ ਕੀ ਹੋਊਗਾ? ਉਹ ਵੈਪਨ ਦਾ ਦਰਜ ਕਰਵਾਇਆ ਜਾਏ, ਵੈਪਨ ਜਿਹੜਾ ਉਹਦਾ ਅਸੀਂ ਆਪਣਾ ਲਾਇਸੈਂਸ ਜਿਹੜਾ ਉਹਦਾ ਸਲੱਗ ਲਾਇਸੈਂਸ ਕਰਨ ਵਾਸਤੇ ਭੇਜਾਂਗੇ ਲਾਇਸੈਂਸ, ਦੂਸਰੀ ਗ੍ਰਿਫਤਾਰੀ ਕਰੋ। ਚਲੋ,
ਸਰ ਜਿਹੜੀ ਗੋਲੀ ਚੱਲੀ ਹੈ ਉਹ ਅੰਦਰ ਚੱਲੀ ਜਾਂ ਬਾਹਰ ਚੱਲੀ ਹੈ? ਉਹ ਜਿੱਥੇ ਉਹਨਾਂ ਦਾ ਆਪਣਾ ਅੰਦਰਲੇ ਪਾਸੇ ਆਪਣਾ ਕਾਊਂਟਰ ਦੇ ਕੋਲ ਜਿੱਥੇ ਉਹ ਸਰਜੀਤ ਸਿੰਘ ਦੀ ਵੈਸੇ ਕਵਰ KFC ਦੇ ਅੰਦਰ ਚੱਲੀ ਹੈ ਨਾ? ਹਾਂਜੀ। ਤਾਂ ਸਰ ਫਿਰ ਉਸ ਸਮੇਂ ਤਾਂ ਅੰਦਰ ਕਸਟਮਰ ਵੀ ਹੋਣਗੇ, ਫਿਰ ਭੱਗ ਦੌੜ ਉੱਥੇ ਹੋਈ, ਉਹਦੀ CCTV ਸਾਨੂੰ ਮਿਲ ਸਕਦੀ? ਨਹੀਂ, ਉੱਥੇ ਕੋਈ ਕਸਟਮਰ ਨਹੀਂ ਹੈਗੇ, ਉਹ ਆਪਸ ਵਿੱਚ। ਠੀਕ ਹੈ, ਕੋਈ ਫਾਇਰ ਮਿਸ ਨਹੀਂ ਹੋਇਆ? ਨਹੀਂ, ਇੱਕ ਹੀ ਫਾਇਰ, ਹੋਰ ਕੋਈ ਫਾਇਰ?